ਪਿਆਰੇ ਵਿਦਿਆਰਥੀ, ਸਵਾਗਤ ਹੈ ਤੁਹਾਡਾ ਸਟੱਡੀ ਪੰਜਾਬ ਚੈਨਲ ਦੇ ਵਿੱਚ। ਅੱਜ 10th ਕਲਾਸ ਦਾ ਸਾਇੰਸ ਦਾ ਪੇਪਰ ਸੀ, ਸੋ ਆਪਾਂ ਤੁਹਾਡੇ ਲਈ ਉਹਦਾ ਹੱਲ ਲੈ ਕੇ ਆਏ ਹਾਂ। ਇਹ ਸੀ ਸੈੱਟ ਹੈ ਸਾਇੰਸ ਦੇ ਪੇਪਰ ਦਾ, ਜੋ ਅੱਜ ਪੇਪਰ ਸੀ ਉਹਦਾ ਸੀ ਸੈੱਟ ਹੈ ਇਹ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹਦੇ ਬਹੁ ਵਿਕਲਪੀ ਪ੍ਰਸ਼ਨ। ਬਹੁ ਵਿਕਲਪੀ ਪ੍ਰਸ਼ਨਾਂ ਦੇ ਵਿੱਚ ਸਭ ਤੋਂ ਫਸਟ ਕੁਸ਼ਚਨ ਜੋ ਆਇਆ ਸੀਗਾ ਉਹ ਸੀ ਕਿ ਕਲੋਰੋ ਫਲੋਰੋ ਕਾਰਬਨਸ ਦੀ ਵਰਤੋਂ ਹੁੰਦੀ ਹੈ, ਕਿੱਥੇ ਹੁੰਦੀ ਹੈ ਕਲੋਰੋ ਫਲੋਰੋ ਕਾਰਬਨਸ ਦੀ ਵਰਤੋਂ? ਰੈਫਰੀਜਰੇਟਰ 'ਚ, ਏਅਰ ਕੰਡੀਸ਼ਨਰ 'ਚ, ਗੱਦੇਦਾਰ ਫੋਮ 'ਚ, ਜਾਂ ਫਿਰ ਉਪਰੋਕਤ ਸਾਰੇ? ਤਾਂ ਇਹਦਾ ਕੀ ਆਪਸ਼ਨ ਆਜੂਗਾ? ਉਪਰੋਕਤ ਸਾਰੇ, ਕਿਉਂਕਿ ਕਲੋਰੋ ਫਲੋਰੋ ਕਾਰਬਨਸ ਦੀ ਵਰਤੋਂ ਚਾਰੋਂ ਜਗ੍ਹਾ ਹੁੰਦੀ ਹੈ, ਰੈਫਰੀਜਰੇਟਰ ਦੇ ਵਿੱਚ ਵੀ ਹੁੰਦੀ ਆ, ਏਅਰ ਕੰਡੀਸ਼ਨਰ ਦੇ ਵਿੱਚ ਵੀ ਹੁੰਦੀ ਆ, ਅਤੇ ਗੱਦੇਦਾਰ ਫੋਮ ਦੇ ਵਿੱਚ ਵੀ ਹੁੰਦੀ ਆ। ਸੋ ਇਹਦਾ ਆਂਸਰ ਆ ਜਾਏਗਾ ਉਪਰੋਕਤ ਸਾਰੇ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਸੈਕਿੰਡ ਕੁਸ਼ਚਨ, ਜੀਵ ਮੰਡਲ ਵਿੱਚ ਸ਼ਾਮਿਲ ਹਨ। ਜੀਵ ਮੰਡਲ ਦੇ ਵਿੱਚ ਵਾਯੂਮੰਡਲ, ਥਲਮੰਡਲ, ਜਲਮੰਡਲ ਜਾਂ ਉਪਰੋਕਤ ਸਾਰੇ? ਤਾਂ ਇਹਦਾ ਆਂਸਰ ਕੀ ਆ ਜਾਏਗਾ? ਉਪਰੋਕਤ ਸਾਰੇ, ਕਿਉਂਕਿ ਜੀਵ ਮੰਡਲ ਦੇ ਵਿੱਚ ਇਹ ਚਾਰੋਂ ਸ਼ਾਮਿਲ ਨੇ। ਨੈਕਸਟ ਕੁਸ਼ਚਨ, ਬੀ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਆਈ, ਨਿਯਮ ਹੈ ਜਿਹੜਾ ਇਹ ਪ੍ਰਤੀਪਾਦਿਤ ਕੀਤਾ, ਕਿਸਨੇ ਦਿੱਤਾ ਸੀ ਇਹ ਨਿਯਮ? ਤਾਂ ਇਹ ਨਿਯਮ ਦਿੱਤਾ ਗਿਆ ਸੀ ਓਹਮ ਦੇ ਦੁਆਰਾ। ਸੋ ਇਹਦਾ ਆਂਸਰ ਕੀ ਆ ਜਾਏਗਾ? ਓਹਮ। ਨੈਕਸਟ ਕੁਸ਼ਚਨ, ਨੇਤਰਲੈਂਜ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ, ਕਿਹਦੇ ਦੁਆਰਾ ਪਰਿਵਰਤਨ ਕੀਤਾ ਜਾਂਦਾ ਨੇਤਰਲੈਂਜ ਦੀ ਫੋਕਸ ਦੂਰੀ ਦੇ ਵਿੱਚ? ਨੇਤਰਲੈਂਜ ਦੀ ਫੋਕਸ ਦੂਰੀ ਦੇ ਵਿੱਚ ਪਰਿਵਰਤਨ ਕੀਤਾ ਜਾਂਦਾ ਸੀਲੀਅਰੀ ਪੇਸ਼ੀ ਦੁਆਰਾ। ਓਕੇ, ਨੈਕਸਟ ਕੁਸ਼ਚਨ, ਇੱਕ ਉੱਤਰ ਲੈਂਜ ਦੀ ਸ਼ਕਤੀ 2 ਡਾਇਓਪਟਰ ਹੈ, ਇਸਦੀ ਫੋਕਸ ਦੂਰੀ ਹੋਵੇਗੀ? ਇੱਕ ਉੱਤਰ ਲੈਂਜ ਹੈ ਜਿਹਦੀ ਸ਼ਕਤੀ ਹੈਗੀ ਹੈ 2 ਡਾਇਓਪਟਰ, ਤਾਂ ਉਹਦੀ ਫੋਕਸ ਦੂਰੀ ਕਿੰਨੀ ਹੋਏਗੀ? ਫੋਕਸ ਦੂਰੀ ਹੋਏਗੀ ਉਹਦੀ ਆਪਸ਼ਨ ਨੰਬਰ 50 ਸੈਂਟੀਮੀਟਰ, 50 ਸੈਂਟੀਮੀਟਰ ਹੈ ਜਿਹੜੀ ਉਹਦੀ ਫੋਕਸ ਦੂਰੀ ਹੋਏਗੀ। ਨੈਕਸਟ ਕੁਸ਼ਚਨ, ਪਰਾਗਕੋਸ਼ ਕਿਸ ਵਿੱਚ ਹੁੰਦਾ ਹੈ? ਇਹਨਾਂ ਦੇ ਵਿੱਚੋਂ ਹਰੀਆਂ ਪੱਤੀਆਂ, ਬੀਜ ਅੰਡ, ਇਸਤਰੀ ਕੇਸਰ ਜਾਂ ਫਿਰ ਪਰਾਗ ਕਣ? ਕਾਹਦੇ ਵਿੱਚ ਹੁੰਦਾ ਹੈਗਾ? ਪਰਾਗਕੋਸ਼, ਪਰਾਗਕੋਸ਼ ਦੇ, ਪਰਾਗਕੋਸ਼ ਮਤਲਬ ਐਂਥਰ ਕਹਿੰਦੇ ਨੇ ਜਿਹਨੂੰ, ਪਰਾਗ ਕਣ ਮਤਲਬ ਪੋਲਨ ਗ੍ਰੇਨਸ, ਤਾਂ ਇਹਦਾ ਆਪਸ਼ਨ ਕਿਹੜੀ ਆ ਜਾਏਗੀ? ਪਰਾਗ ਕਣ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਆਪਣੇ ਕੋਲ, ਇਥੀਨ ਦਾ ਅਣਵੀ ਫਾਰਮੂਲਾ। ਇਥੀਨ, ਇਥੀਨ ਦੇਖੋ C2H2, ਇਥੀਨ ਦਾ ਅਣਵੀ ਫਾਰਮੂਲਾ ਕੀ ਆਏਗਾ? C2H2। ਤਾਂ ਨੈਕਸਟ ਕੁਸ਼ਚਨ ਆ ਜਾਏਗਾ ਆਪਣੇ ਕੋਲ, ਮਨੁੱਖ ਵਿੱਚ ਕਿੰਨੇ ਲਿੰਗੀ ਗੁਣਸੂਤਰ ਹੁੰਦੇ ਹਨ? ਕਿੰਨੇ ਲਿੰਗੀ ਗੁਣਸੂਤਰ ਹੁੰਦੇ ਨੇ ਮਨੁੱਖ ਵਿੱਚ? ਤਾਂ ਇਹਦਾ ਕੀ ਆ ਜਾਏਗਾ? 2। ਮਨੁੱਖ ਦੇ ਵਿੱਚ 2 ਲਿੰਗੀ ਗੁਣਸੂਤਰ ਹੁੰਦੇ ਨੇ। ਮੇਲ ਦੇ ਵਿੱਚ ਕਿਹੜੇ ਹੁੰਦੇ ਨੇਗੇ? XY, ਅਤੇ ਫੀਮੇਲ ਦੇ ਵਿੱਚ ਕਿਹੜੇ ਕਿਹੜੇ ਹੁੰਦੇ ਨੇ? XX। ਸੋ ਇਹਦਾ ਆਂਸਰ ਆ ਜਾਏਗਾ 2। ਨੈਕਸਟ ਕੁਸ਼ਚਨ, ਬਡਿੰਗ ਕਿਸ ਜੀਵ ਵਿੱਚ ਹੁੰਦੀ ਆ? ਇਹਨਾਂ ਵਿੱਚੋਂ ਕਿਹੜੇ ਜੀਵ ਦੇ ਵਿੱਚ ਬਡਿੰਗ ਹੁੰਦੀ ਆ? ਤਾਂ ਇਹਦਾ ਆਂਸਰ ਆ ਜਾਏਗਾ ਜੀ ਹਾਈਡਰਾ, ਹਾਈਡਰਾ ਦੇ ਵਿੱਚ ਬਡਿੰਗ ਹੁੰਦੀ ਹੈ। ਬਡਿੰਗ ਨੂੰ ਕਲੀਆਂ ਰਾਹੀਂ ਪ੍ਰਜਨਨ ਵੀ ਕਹਿ ਦਿੰਦੇ ਆ, ਤਾਂ ਇਹਦਾ ਆ ਜਾਏਗਾ ਹਾਈਡਰਾ। ਨੈਕਸਟ ਕੁਸ਼ਚਨ, ਹੇਠ ਲਿਖਿਆਂ ਵਿੱਚੋਂ ਪੌਦਾ ਹਾਰਮੋਨ ਕਿਹੜਾ? ਦੇਖੋ, ਇਨਸੁਲਿਨ, ਥਾਇਰੋਕਸਿਨ ਅਤੇ ਐਸਟ੍ਰੋਜਨ, ਇਹ ਤਿੰਨੋਂ ਨੇ ਜਿਹੜੇ ਇਹ ਪੌਦਾ ਹਾਰਮੋਨ ਨਹੀਂ ਹਨ, ਬਟ ਸਾਈਟੋਕਾਇਨਿਨ ਹੈ ਜਿਹੜਾ ਇਹ ਕੀ ਹੈ? ਇੱਕ ਪੌਦਾ ਹਾਰਮੋਨ ਹੈ। ਸੋ ਇਹਦਾ ਆਪਸ਼ਨ ਆ ਜਾਏਗਾ 7। ਨੈਕਸਟ ਕੁਸ਼ਚਨ, ਹਰੇ ਪੌਦਿਆਂ ਵਿੱਚ ਪੋਸ਼ਣ ਹੁੰਦਾ ਹੈ? ਹਰੇ ਪੌਦਿਆਂ ਦੇ ਵਿੱਚ ਕਿਹੜਾ ਪੋਸ਼ਣ ਹੁੰਦਾ ਹੈ ਜੀ? ਸਵੈ ਪੋਸ਼ੀ ਪੋਸ਼ਣ, ਕਿਉਂਕਿ ਹਰੇ ਪੌਦੇ ਨੇ ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਨੇ, ਤਾਂ ਉਹਨਾਂ ਵਿੱਚ ਸਵੈ ਪੋਸ਼ੀ ਪੋਸ਼ਣ ਹੁੰਦਾ ਹੈ। ਨੈਕਸਟ ਕੁਸ਼ਚਨ ਹੈ, ਮਨੁੱਖ ਵਿੱਚ ਗੁਰਦੇ ਕਿਸ ਤੰਤਰ ਪ੍ਰਣਾਲੀ ਦਾ ਭਾਗ ਨੇ? ਕਿਸ ਤੰਤਰ ਦਾ ਭਾਗ ਨੇ ਇਹ? ਤਾਂ ਇਹ ਆਜੂਗਾ ਜੀ ਮਲ ਤਿਆਗ ਪ੍ਰਣਾਲੀ ਦਾ ਭਾਗ। ਨੈਕਸਟ ਕੁਸ਼ਚਨ, ਤੁਸੀਂ ਆਪਣੀ ਰਸੋਈ ਵਿੱਚ ਲੋਹੇ ਦੀ ਕੜਾਹੀ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕਿਹੜੀ ਵਿਧੀ ਅਪਣਾਓਗੇ? ਦੇਖੋ, ਅਗਰ ਲੋਹੇ ਦੀ ਕੜਾਹੀ ਨੂੰ ਜੰਗ ਲੱਗੀ ਆ,
ਗਰੀਸ ਵੀ ਲਗਾ ਸਕਦੇ ਹਾਂ, ਜਿੰਕ ਦੀ ਵੀ ਪਰਤ ਚੜ੍ਹਾ ਸਕਦੇ ਹਾਂ, ਪੇਂਟ ਵੀ ਕਰ ਸਕਦੇ ਹਾਂ, ਤਾਂ ਇਹਦਾ ਆਂਸਰ ਕੀ ਆ ਜੂਗਾ? ਉਪਰੋਕਤ ਸਾਰੇ। ਨੈਕਸਟ ਕੁਸ਼ਚਨ, ਜਦੋਂ ਤੁਸੀਂ ਵੱਧ ਹਜ਼ਮੀ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਕਿਹੜੀ ਦਵਾਈ ਦਿੰਦਾ ਹੈ? ਤਾਂ ਕਿਹੜੀ ਦਵਾਈ ਦਿੰਦਾ ਜੀ? ਡਾਕਟਰ ਐਂਟਾ ਐਸਿਡਸ। ਉਸ ਕੋਲ ਦਾ ਪੀਐਚ ਕੀ ਹੋਵੇਗਾ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ? ਅਗਰ ਲਾਲ ਲਿਟਮਸ ਨੀਲਾ ਹੋ ਰਿਹਾ, ਦੇਖੋ ਅਗਰ ਆਪਣੇ ਕੋਲ ਰੈੱਡ ਲਿਟਮਸ ਪੇਪਰ ਹੈ, ਰੈੱਡ ਲਿਟਮਸ ਪੇਪਰ ਅਗਰ ਬਲਿਊ ਹੋ ਰਿਹਾ ਤਾਂ ਇਹਦਾ ਮਤਲਬ ਉਹ ਕੀ ਹੈ, ਆਪਣੇ ਕੋਲ ਇੱਕ ਬੇਸ ਹੈ ਜਿਹੜਾ ਘੋਲ ਹੈ, ਠੀਕ ਹੈ, ਘੋਲ ਕੀ ਹੈਗਾ, ਇੱਕ ਬੇਸ ਮਤਲਬ ਉਹ ਖਾਰ ਹੈ। ਤਾਂ ਅਗਰ 7 ਤੋਂ ਘੱਟ ਹੈ ਆਪਣੇ ਕੋਲ ਪੀਐਚ ਤਾਂ ਉਹ ਤਾਂ ਹੋਏਗਾ ਐਸਿਡ, 7 ਤੋਂ ਵੱਧ ਹੈ ਤਾਂ ਆਪਣੇ ਕੋਲ ਉਹ ਕੀ ਹੋਏਗਾ, ਬੇਸ। ਤਾਂ ਅਗਰ ਲਾਲ ਲਿਟਮਸ ਨੀਲਾ ਹੋ ਰਿਹਾ ਇਹਦਾ ਮਤਲਬ ਕੀ ਹੈ, ਉਹ ਬੇਸ। ਤਾਂ ਇਹਦਾ ਆਂਸਰ ਕੀ ਆ ਜਾਏਗਾ? 10। ਮੈਗਨੀਸ਼ੀਅਮ ਰੀਵਨ ਦੇ ਬਲਨ ਤੋਂ ਬਾਅਦ ਪਾਊਡਰ ਦਾ ਰੰਗ ਕੀ ਹੁੰਦਾ ਹੈ? ਤਾਂ ਜੀ ਪਾਊਡਰ ਦਾ ਰੰਗ ਕੀ ਹੋ ਜਾਂਦਾ? ਚਿੱਟਾ। ਜਦੋਂ ਮੈਗਨੀਸ਼ੀਅਮ ਰੀਵਨ ਨੂੰ ਜਲਾਇਆ ਜਾਂਦਾ ਆਕਸੀਜਨ ਦੀ ਪ੍ਰੈਜੈਂਸ 'ਚ ਜਲਾਵਾਂਗੇ ਤਾਂ ਕੀ ਆ ਜਾਏਗਾ ਆਪਣੇ ਕੋਲ? MgO2 ਮੈਗਨੀਸ਼ੀਅਮ ਆਕਸਾਈਡ ਬਣੇਗਾ ਜਿਹਦਾ ਰੰਗ ਕੀ ਹੁੰਦਾ ਹੈਗਾ? ਚਿੱਟਾ। ਸਧਾਰਨ ਅੱਖ ਦਾ ਦੂਰ ਬਿੰਦੂ ਹੁੰਦਾ ਹੈ, ਸਧਾਰਨ ਅੱਖ ਦਾ ਦੂਰ ਬਿੰਦੂ ਕੀ ਹੁੰਦਾ ਜੀ? ਅਨੰਤ 'ਤੇ। ਨੈਕਸਟ ਕੁਸ਼ਚਨ, ਬਿਜਲੀ ਸ਼ਕਤੀ ਦਾ ਮਾਤਰਕ ਕੀ ਹੈ? ਬਿਜਲੀ ਸ਼ਕਤੀ ਦਾ ਮਾਤਰਕ ਕੀ ਆਏਗਾ? ਬਿਜਲੀ ਸ਼ਕਤੀ ਦਾ ਮਾਤਰਕ ਕੀ ਆਏਗਾ ਜੀ? ਵਾਟ। ਨੈਕਸਟ ਕੁਸ਼ਚਨ, ਸਮਾਨ ਚੁੰਬਕੀ ਧਰੁਵਾਂ ਦਾ ਆਪਸ ਵਿੱਚ ਕੀ ਸੰਬੰਧ ਹੁੰਦਾ ਹੈ? ਸਮਾਨ ਚੁੰਬਕੀ ਧਰੁਵ ਜਿਹੜੇ ਲਾਈਕ ਪੋਲਸ ਹੁੰਦੇ ਨੇ, ਸਮਾਨ ਚੁੰਬਕੀ ਧਰੁਵ ਮਤਲਬ ਜਿਵੇਂ ਨੌਰਥ ਅਤੇ ਨੌਰਥ ਨੇ ਮੰਨ ਲਓ, ਤਾਂ ਇੱਕ ਦੂਜੇ ਨੂੰ ਕੀ ਕਰਨਗੇ? ਰਿਪੈਲ ਕਰਨਗੇ, ਮਤਲਬ ਉਹਨਾਂ ਵਿੱਚ ਅਪਕਰਸ਼ਣ ਹੋਏਗਾ, ਠੀਕ ਹੈ, ਅਪਕਰਸ਼ਣ ਜਿਹਨੂੰ ਇੰਗਲਿਸ਼ ਵਿੱਚ ਰਿਪੈਲ ਕਿਹਾ ਜਾਂਦਾ। ਚੁੰਬਕੀ ਸੂਈ ਹਮੇਸ਼ਾ ਕਿਹੜੀ ਦਿਸ਼ਾ ਦਰਸਾਉਂਦੀ ਹੈ? ਚੁੰਬਕੀ ਸੂਈ ਕਿਹੜੀ ਦਿਸ਼ਾ ਦਰਸਾਉਂਦੀ ਹੈ? ਉੱਤਰ ਦਿਸ਼ਾ ਦਰਸਾਉਂਦੀ ਹੈ ਜੀ। ਅਗਲਾ ਪ੍ਰਸ਼ਨ ਹੈ, ਇਸ ਤੋਂ ਬਾਅਦ ਖਾਲੀ ਥਾਵਾਂ ਆ ਜਾਂਦੀਆਂ ਨੇ, ਖਾਲੀ ਥਾਂ 3 ਖਾਲੀ ਥਾਵਾਂ। ਤਾਂ ਪਹਿਲੀ ਸਭ ਤੋਂ ਹੈਗੀ ਆ, ਪੌਦਿਆਂ ਵਿੱਚ ਜ਼ਾਈਲਮ ਡੈਸ਼ ਲਈ ਜ਼ਿੰਮੇਵਾਰ ਹੈ। ਤਾਂ ਜ਼ਾਈਲਮ ਕਾਹਦੇ ਲਈ ਜ਼ਿੰਮੇਵਾਰ ਹੈ? ਪਾਣੀ ਦੇ ਪਰਿਵਹਨ ਲਈ। ਤਾਂ ਇਹਦਾ ਆਪਣੇ ਕੋਲ ਕੀ ਆ ਜਾਏਗਾ? ਪਾਣੀ ਦੇ ਪਰਿਵਹਨ, ਜ਼ਾਈਲਮ ਪਾਣੀ ਦੇ ਪਰਿਵਹਨ ਲਈ ਜ਼ਿੰਮੇਵਾਰ ਹੈ। ਸੋ ਇਹਦਾ ਇਹ ਆਂਸਰ ਆ ਜਾਏਗਾ। ਨੈਕਸਟ ਆਪਣੇ ਕੋਲ ਹੈ ਸੈਕਿੰਡ, ਜੋ ਆਪਣੇ ਕੋਲ ਫਲਪਸ ਹੈ, ਤਾਰ ਨੂੰ ਪਤਲੀ ਤਾਰ ਦੇ ਰੂਪ ਵਿੱਚ ਖਿੱਚਣ ਦੀ ਯੋਗਤਾ ਨੂੰ ਡੈਸ਼ ਕਿਹਾ ਜਾਂਦਾ? ਕੀ ਕਿਹਾ ਜਾਂਦਾ ਜੀ? ਖਿੱਚਣ ਯੋਗਤਾ। ਤਾਂ ਕੀ ਆ ਜਾਏਗਾ ਇਹਦਾ? ਖਿੱਚਣ ਯੋਗਤਾ, ਠੀਕ ਹੈ ਜੀ। ਇਹ ਹੈਗਾ ਆਪਣੀ ਸੈਕਿੰਡ ਫਲਪਸ। ਉਸ ਤੋਂ ਬਾਅਦ ਥਰਡ, ਜੋ ਆਪਣੇ ਕੋਲ ਖਾਲੀ ਥਾਂ ਦਿੱਤੀ ਸੀ ਇਹਨਾਂ ਨੇ, ਕੀ ਸੀ? ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ। ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਕੀ ਆਏਗਾ? CaO2, ਠੀਕ ਹੈ, ਇਹ ਆ ਗਿਆ ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ। ਨੈਕਸਟ ਆਪਣੇ ਕੋਲ ਖਾਲੀ ਥਾਂ ਤੋਂ ਅੱਗੇ ਆਪਣੇ ਕੋਲ ਹੈਗੇ ਨੇਗੇ ਸਹੀ ਗਲਤ। ਤਾਂ ਪਹਿਲਾਂ ਕੀ ਆਪਣੇ ਕੋਲ? ਦੋ ਨਾੜੀ ਸੈੱਲਾਂ ਦੇ ਵਿਚਕਾਰਲੀ ਥਾਂ ਨੂੰ ਸਾਈਨੈਪਸ ਕਹਿੰਦੇ ਹਨ। ਬਿਲਕੁਲ ਸਹੀ ਹੈ ਜੀ, ਸਾਈਨੈਪਸ ਕਿਹਾ ਜਾਂਦਾ। ਸੈਕਿੰਡ ਆਪਣੇ ਕੋਲ, ਆਭਾਸੀ ਪ੍ਰਤੀਬਿੰਬ ਦਰਪਣ ਦੇ ਪਿੱਛੇ ਬਣਦਾ ਹੈ। ਆਭਾਸੀ ਪ੍ਰਤੀਬਿੰਬ ਹੈ ਜਿਹੜਾ ਹਮੇਸ਼ਾ ਉਹ ਦਰਪਣ ਦੇ ਪਿੱਛੇ ਬਣਦਾ, ਬਿਲਕੁਲ ਸਹੀ ਹੈ ਵੀ। ਸੋ ਇਹ ਸੀ ਆਪਣੇ ਕੋਲ ਜਿਹੜੇ 1-1 ਨੰਬਰ ਦੇ ਜਿਹੜੇ ਕੁਸ਼ਚਨ ਸੀ। ਇਸ ਤੋਂ ਅੱਗੇ ਤੁਹਾਨੂੰ ਨੈਕਸਟ ਵੀ ਦਿਖਾਉਂਦੇ ਹਾਂ। 2 ਅੰਕਾਂ ਦੇ ਪ੍ਰਸ਼ਨ ਆਏ ਸੀਗੇ, ਜਿਵੇਂ ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਬਣਾਈ ਰੱਖਦਾ, ਭੋਜਨ ਦੀ ਪਾਚਨ ਵਿੱਚ ਲਾਰ ਦੀ ਕੀ ਮਹੱਤਤਾ ਹੈ। ਤਾਂ ਇਹ ਸਾਰੇ ਕੁਸ਼ਚਨ ਨੇ ਜਿਹੜੇ ਤੁਸੀਂ ਇਹਨਾਂ ਨੂੰ ਵੀ ਦੇਖ ਸਕਦੇ ਹੋ, ਅਤੇ ਇਸ ਤਰ੍ਹਾਂ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਮਾਰਕਸ ਨੇ ਉਹਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਵੀ ਤੁਹਾਨੂੰ ਪੇਪਰ ਦੇ ਵਿੱਚ ਕਿੰਨੇ ਮਾਰਕਸ ਨੇ ਜਿਹੜੇ ਆ ਸਕਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ 5 ਮਾਰਕਸ ਵਾਲੇ ਕੁਸ਼ਚਨ ਨੇ,
ਜਿਨ੍ਹਾਂ ਦੇ ਵਿੱਚ ਦੇਖੋ ਆਪਸ਼ਨਸ ਦਿੱਤੀਆਂ ਹੋਈਆਂ ਸੀ। ਬਹੁਤ ਸੌਖਾ ਪੇਪਰ ਸੀ, ਬਿਲਕੁਲ ਸੌਖਾ ਸੀ, ਅਤੇ ਇਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਜਿਹੜੇ ਪ੍ਰੀ ਬੋਰਡ ਦੇ ਪੇਪਰ ਵਿੱਚੋਂ ਆਏ ਹੋਏ ਨੇ। ਤਾਂ ਇਹ ਸੀ ਤੁਹਾਡਾ ਪੇਪਰ। ਸੋ ਆਪਣੇ ਮਾਰਕਸ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਡੇ ਕਿੰਨੇ ਮਾਰਕਸ ਬਣਦੇ ਨੇ। ਥੈਂਕ ਯੂ ਵੈਰੀ ਮੱਚ।